ਕਿਹੜੀਆਂ ਫਸਲਾਂ ਤੇ ਐਮਐਸਪੀ ਦੇਣਗੇ ਇਹਨਾਂ ਦੀਆਂ ਜਿਹੜੀ ਹੁਣ ਮਿਨਿਸਟਰ ਲੜਕੀ ਬਣੀ ਹੋਈ ਆ ਉਹ ਚੁਟਕੀਆਂ ਮਾਰ ਕੇ ਕਹਿੰਦੀ ਸੀ ਕਿ 5 ਮਿੰਟ ਵਿੱਚ ਅਸੀਂ ਐਮਐਸਪੀ ਦੇਾਂਗੇ 5 ਮਿੰਟ ਚ ਦੇਾਂਗੇ ਪਰ ਰਾਲੀਆਂ ਲੈ ਕੇ ਚੰਡੀਗੜ੍ਹ ਦਾ ਜਿਹੜਾ ਭਗਵੰਤ ਮਾਨ ਦੇ ਦਫ਼ਤਰ ਵੱਲ ਨੂੰ ਅਸੀਂ ਕੂਚ ਕਰਾਂਗੇ ਔਰ ਫਿਰ ਉੱਥੇ ਬੈਠਾਂਗੇ ਇਹ ਨਹੀਂ ਕਿ ਅਸੀਂ ਆਏ ਤੇ ਪਾਣੀ ਦੀ ਵਿਛਾੜ ਖਾਦੀ ਤੇ ਫੋਟੋਆਂ ਖਚਾਈਆਂ ਕੈਮਰਿਆਂ ਦੇ ਤੇ ਨੋ ਇਹਨਾਂ ਦੇ ਦਿੱਲੀੋਂ ਜਿਹੜੇ ਦਲਾਲ ਉੱਥੇ ਰਾਗਵ ਚੱਡੇ ਨੂੰ ਮਿਲਦੇ ਨੇ ਉੱਥੇ ਬੈਠ ਕੇ ਸਾਰਾ ਕੁਝ ਕਰਦੇ ਨੇ ਤੇ ਜਿਹੜਾ ਸ਼ਿਕਾਰ ਹੈ ਉਹ ਸਾਡੇ ਪੰਜਾਬ ਦੇ ਅਫਸਰ ਬਣਾਏ ਕਿਉਂਕਿ ਫੇਲਿਅਰ ਤੁਹਾਡੀ ਹੈ ਹੁਣ ਤੁਸੀਂ ਕਹਿਣ ਲੱਗੇ ਜੀ ਕੇਂਦਰ ਦੇ ਦੇਵੇ ਕੇਂਦਰ ਦੇ ਦੇਵੇ ਪਹਿਲਾਂ ਆਪਣਾ ਮੈਨੀਫੈਸਟੋ ਕੱਢ ਕੇ ਪੜੋ ਸਾਰਾ ਉਹਦੇ ਵਿੱਚ ਉਹਦੇ ਸਾਰੀਆਂ ਐਮਐਸਪੀ ਸਾਰੀਆਂ ਐਮਐਸਪੀ ਸਾਰੀਆਂ ਐਮਐਸਪੀ ਸਾਰੀਆਂ ਐਮਐਸਪੀ ਫਸਲਾਂ ਦੇ 5 ਮਿੰਟ ਸੋ ਦੇਰਫੋਰ ਦੇ ਕੈਨ ਨਾਟ ਰਨ ਅਵੇ ਫਰਮ ਦੇ ਰਿਸਪੌਂਸਿਬਿਲਟੀ 70% ਦੀ ਸਾਡੇ ਐਮਐਲਏ ਪਿੰਡਾਂ 'ਚੋਂ ਆਉਂਦੇ ਨੇ ਕਿਸਾਨੀ ਨਾਲ ਕਨੈਕਟਡ ਨੇ ਪਰ ਪੰਜਾਬ ਦੀ ਵਿਧਾਨ ਸਭਾ ਵਿੱਚ ਜੋ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਚਰਚਾ ਹੋਣੀ ਚਾਹੀਦੀ ਤੇ ਕਾਨੂੰਨ ਬਣਨੇ ਚਾਹੀਦੇ ਪਾਲਿਸੀ ਉਹ ਕਦੀ ਵੀ ਨਹੀਂ ਅੱਜ ਤੱਕ ਬਣਾਏ ਗਏ ਇਹ ਸਾਰੀਆਂ ਸਰਕਾਰਾਂ ਦੀ ਤਰਾਸਦੀ ਰਹੀ ਹੈ ਜੇ ਮੈਂ ਇਸ ਸਰਕਾਰ ਦੀ ਗੱਲ ਕਰਾਂ ਜਿਹੜੀ ਬਦਲਾਵ ਦੀ ਗੱਲ ਕਰਦੀ ਸੀ ਜੇ ਤੁਸੀਂ ਬਜਟ ਤੇ ਇੱਕ ਵਾਰੀ ਝਾਤ ਮਾਰ ਕੇ ਦੇਖੋ 1,55,000 ਕਰੋੜ ਦਾ ਸਾਡਾ ਸਾਲ ਦਾ ਬਜਟ ਹੈ ਇਸ ਵਾਰੇ ਪੰਜਾਬ ਦਾ ਉਹਦੇ 'ਚੋਂ ਐਗਰੀਕਲਚਰ ਲਈ ਖੇਤੀ ਲਈ ਸਿਰਫ 11,560 ਕਰੋੜ ਰੁਪਏ ਰੱਖੇ ਗਏ ਸੀ ਇਸ 11,560 ਦੇ ਵਿੱਚੋਂ ਜਿਹੜੀ ਅਸੀਂ ਸਬਸਿਡੀ ਅਦਾ ਕਰਦੇ ਹਾਂ ਬਿਜਲੀ ਬੋਰਡ ਨੂੰ ਲਗਭਗ 7,000 ਕਰੋੜ ਰੁਪਇਆ ਸਿਰਫ ਉਹਦੇ ਵਾਸਤੇ ਸੀਗਾ ਹੁਣ ਤੁਸੀਂ ਦੱਸ ਦਿਓ ਕਿ 4,000 ਕਰੋੜ ਰੁਪਏ ਦੇ ਨਾਲ ਪੰਜਾਬ ਦੀ ਕਿਹੜੀ ਖੇਤੀ ਦਾ ਵਿਕਾਸ ਹੋ ਜਾਏਗਾ ਕਿਹੜੀਆਂ ਫਸਲਾਂ ਸਾਡੀਆਂ ਖਰੀਦੀਆਂ ਜਾਣਗੀਆਂ ਕਿਹੜੀਆਂ ਫਸਲਾਂ ਤੇ ਐਮਐਸਪੀ ਦੇਣਗੇ ਇਹਨਾਂ ਦੀਆਂ ਜਿਹੜੀ ਹੁਣ ਮਿਨਿਸਟਰ ਲੜਕੀ ਬਣੀ ਹੋਈ ਆ ਉਹ ਚੁਟਕੀਆਂ ਮਾਰ ਕੇ ਕਹਿੰਦੀ ਸੀ ਕਿ 5 ਮਿੰਟ ਵਿੱਚ ਅਸੀਂ ਐਮਐਸਪੀ ਦੇਾਂਗੇ 5 ਮਿੰਟ 'ਚ ਦੇਾਂਗੇ ਪਰ ਹੁਣ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਮੂੰਗੀ ਦੀ ਐਮਐਸਪੀ ਆ ਜਿਹੜੀ ਕਮਿਟਮੈਂਟ ਤੁਸੀਂ ਇਦਾਂ ਜਨਤਕ ਤੌਰ ਤੇ ਆਪਣੇ ਕੈਮਰਾਜ਼ ਨਾਲ ਪੰਜਾਬ ਦੇ ਲੋਕਾਂ ਨਾਲ ਕੀਤੀ ਔਰ ਤੁਹਾਡੇ ਕਹਿਣ ਦੇ ਉੱਤੇ ਮਾਲਵੇ ਦੀ ਧਰਤੀ ਤੇ ਖਾਸ ਤੌਰ ਤੇ ਸੰਗਰੂਰ ਸੁਨਾਮ ਮਾਨਸਾ ਤੇ ਬਠਿੰਡਾ ਸਭ ਤੋਂ ਜ਼ਿਆਦਾ ਮੂੰਗੀ ਜਿਹੜੀ ਫਸਲ ਆ ਉਹ ਇੱਥੇ ਹੋਈ ਹੈ ਲੇਕਿਨ ਜਦੋਂ ਫਸਲ ਖਰੀਦਣ ਦੀ ਵਾਰੀ ਆਈ ਐਮਐਸਪੀ ਦੀ ਤੁਸੀਂ ਹੈਰਾਨ ਹੋਵੋਗੇ ਕਿ 83% ਮੈਂ ਕਹਿ ਰਿਹਾ ਕੋਟ ਕਰ ਰਿਹਾ ਮੇਰੇ ਕੋਲ ਆਰਟੀਆਈ ਇਨਫੋਰਮੇਸ਼ਨ ਹੈ 83% ਮੂੰਗੀ ਡਿਸਟ੍ਰੈਸ ਸੇਲ ਤੇ ਗਈ ਆ ਪ੍ਰਾਈਵੇਟ ਵਪਾਰੀਆਂ ਨੇ ਆੜਤੀਆਂ ਨੇ ਦੁਕਾਨਦਾਰਾਂ ਨੇ ਜਿਹੜਾ 7275 ਰੁਪਏ ਕੁਇੰਟਲ ਦਾ ਰੇਟ ਸੀ ਕੋਈ ਵੀ ਕੀ ਆ ਮੂੰਗੀ 3,000 ਦੀ ਕੋਈ ਵੀ ਕੀ ਆ 3,500 ਨੂੰ ਕੁਇੰਟਲ ਕੋਈ ਵੀ ਕੀ ਆ 4,500 ਰੁਪਏ ਨੂੰ ਕੁਇੰਟਲ ਇੱਕ ਇੱਕ ਕਿਸਾਨ ਜਿਹੜਾ ਛੋਟਾ ਤੇ ਦਰਮਿਆਨਾ ਕਿਸਾਨ ਆ ਇੱਕ ਇੱਕ ਕਿਸਾਨ ਨੂੰ ਅਪਰੋਕਸੀਮੇਟਲੀ 15,000 ਤੋਂ ਲੈ ਕੇ 25,000 ਰੁਪਏ ਫੀ ਏਕੜ ਦਾ ਘਾਟਾ ਪਿਆ ਵਾ ਔਰ ਫਿਰ ਭਗਵੰਤ ਮਾਨ ਨੂੰ ਜਦੋਂ ਅਸੀਂ ਵਿਧਾਨ ਸਭਾ ਚੇਤੇ ਕਰਾਇਆ ਉਹਨਾਂ ਨੇ ਉੱਥੇ ਅਮਨ ਅਰੋੜੇ ਨੇ ਇਹਨੂੰ ਮਜ਼ਾਕ ਵਿੱਚ ਲੈਂਦਿਆਂ ਕਿਹਾ ਅਸੀਂ ਤਾਂ ਫਾਇਦਾ ਹੀ ਕੋਈ ਨਹੀਂ ਕੀਤਾ ਸੀ ਫਿਰ ਜਦੋਂ ਪਬਲਿਕ ਪ੍ਰੈਸ਼ਰ ਵਧਿਆ ਫਿਰ ਭਗਵੰਤ ਮਾਨ ਨੂੰ ਬਾਹਰ ਨਿਕਲ ਕੇ ਆਫਟਰ ਦਾ ਵਿਧਾਨ ਸਭਾ ਸੈਸ਼ਨ ਫਿਰ ਲੋਕਾਂ ਨਾਲ ਕਮਿਟਮੈਂਟ ਕੀਤੀ ਕਿ ਇੱਕ ਇੱਕ ਦਾਣਾ ਜਿਹੜਾ ਮੂੰਗੀ ਦਾ ਅਸੀਂ ਐਮਐਸਪੀ ਤੇ ਖਰੀਦਾਂਗੇ ਸੋ ਅੱਜ ਦੀ ਕਿਸਾਨ ਮੀਟਿੰਗ ਵਿੱਚ ਜਿੱਥੇ ਅਸੀਂ ਹੋਰ ਬਹੁਤ ਮਸਲੇ ਡਿਸਕਸ ਕੀਤੇ ਉਹਦੇ ਤੈਅ ਹੋਇਆ ਵਾ ਕਿ ਝੋਨੇ ਦੀ ਫਸਲ ਤੋਂ ਬਾਅਦ ਪੰਜਾਬ ਕਿਸਾਨ ਕਾਂਗਰਸ ਅਤੇ ਖੇਤ ਮਜ਼ਦੂਰ ਸਾਡਾ ਜਿਹੜਾ ਇਹ ਢਾਂਚਾ ਵਾ ਪੰਜਾਬ ਦਾ ਯੂਨਿਟ ਇਹ ਸਰਦਾਰ ਭਗਵੰਤ ਸਿੰਘ ਮਾਨ ਦੇ ਕੋਲ ਪਹਿਲਾਂ ਅਸੀਂ ਜਾਵਾਂਗੇ ਉਹਨਾਂ ਨੂੰ ਅਸੀਂ ਸਾਰਾ ਰਿਕਾਰਡ ਉਹਨਾਂ ਦੇ ਸਨਮੁਖ ਰੱਖਾਂਗੇ ਕਿ ਤੁਸੀਂ ਜਿਹੜਾ ਮਾਨਸਾ ਮੰਡੀ ਦਾ ਰਿਕਾਰਡ ਸੁਣ ਲਓ 1.5 ਲੱਖ ਬੋਰੀ ਮੂੰਗੀ ਦੀ ਫਸਲ ਉੱਥੇ ਅਰਾਈਵਲ ਹੋਇਆ ਵਾ ਸਿਰਫ 25,000 ਬੋਰੀ ਜਿਹੜੀ ਆ ਉਹ ਮੂੰਗੀ ਦੀ ਖਰੀਦੀ ਗਈ ਆ 7,275 ਤੇ ਬਾਕੀ 1.25 ਲੱਖ ਬੋਰੀ ਜਿਹੜੀ ਉਹ ਡਿਸਟ੍ਰੈਸ ਸੇਲ ਹੋਈ ਅਸੀਂ ਸਾਰਾ ਰਿਕਾਰਡ ਇਕੱਠਾ ਕਰਕੇ ਚੀਫ ਮਿਨਿਸਟਰ ਕੋਲ ਜਾਵਾਂਗੇ ਕਿਉਂਕਿ ਉਹਨਾਂ ਦੀ ਪਬਲਿਕ ਕਮਿਟਮੈਂਟ ਆ ਜੇ ਤਾਂ ਉਹ ਮੂੰਗੀ ਦੀ ਐਮਐਸਪੀ ਸਾਰੇ ਕਿਸਾਨਾਂ ਨੂੰ ਦੇ ਦੇਣਗੇ ਤਾਂ ਫਿਰ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਅਸੀਂ ਕਦੀ ਅੱਛੀ ਗੱਲ ਦਾ ਧੰਨਵਾਦ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜੇ ਨਹੀਂ ਦੇਣਗੇ ਫਿਰ ਮੂੰਗੀ ਦੀ ਫੁੱਲ ਪੇਮੈਂਟ ਤੇ ਕਿਸਾਨਾਂ ਤੇ ਜਿਹੜੇ ਛੋਟਾ ਤੇ ਦਰਮਿਆਨਾ ਕਿਸਾਨ ਆ ਉਹਨੂੰ ਪੂਰੀ ਉਹਦੀ ਜਿਹੜੀ ਅਦਾਇਗੀ ਹੋਵੇ ਉਸੀ 7,275 ਰੁਪਏ ਕੁਇੰਟਲ ਦੇ ਹਿਸਾਬ ਦੇ ਨਾਲ ਉਹਦੇ ਲਈ ਇੱਕ ਸੰਘਰਸ਼ ਕੀਤਾ ਜਾਵੇਗਾ ਪੰਜਾਬ 'ਚੋਂ ਕਿਸਾਨਾਂ ਦੀ ਤਰਜ਼ ਤੇ ਟਰਾਲੀਆਂ ਲੈ ਕੇ ਚੰਡੀਗੜ੍ਹ ਦਾ ਜਿਹੜਾ ਭਗਵੰਤ ਮਾਨ ਦੇ ਦਫ਼ਤਰ ਵੱਲ ਨੂੰ ਅਸੀਂ ਕੂਚ ਕਰਾਂਗੇ ਔਰ ਫਿਰ ਉੱਥੇ ਬੈਠਾਂਗੇ ਇਹ ਨਹੀਂ ਕਿ ਅਸੀਂ ਆਏ ਤੇ ਪਾਣੀ ਦੀ ਵਿਛਾੜ ਖਾਦੀ ਤੇ ਫੋਟੋਆਂ ਖਿਚਾਈਆਂ ਕੈਮਰਿਆਂ ਦੇ ਤੇ ਨੋ ਅਸੀਂ ਕਾਲ ਦੇਵਾਂਗੇ ਸਭ ਨੂੰ ਸਾਰੇ ਉਹ ਕਿਸਾਨਾਂ ਨੂੰ ਜਿਨ੍ਹਾਂ ਦੀ ਮੂੰਗੀ ਦੀ ਫਸਲ ਜਿਹੜੀ ਆ ਉਹ 3,000-4,000 ਰੁਪਏ ਕੁਇੰਟਲ ਤੇ ਹੈਗੀ ਤੁਸੀਂ ਵੀ ਸਾਡਾ ਸਾਥ ਦਿਓ ਟਰਾਲੀਆਂ ਤੇ ਆਓ ਇਹਨਾਂ ਉਹਦੇ ਨਾਲ ਦੋ ਇਸ਼ੂਜ਼ ਹੋਰ ਹੈਗੇ ਬੜੇ ਇੰਪੋਰਟੈਂਟ ਇੱਕ ਜਿਹੜਾ ਨਰਮਾ ਖਰਾਬ ਹੋਇਆ ਨਰਮਾ ਪੱਟੀ ਦੇ ਵਿੱਚ ਸਾਰਾ ਗੁਲਾਬੀ ਸੁੰਡੀ ਦੇ ਕਰਕੇ ਫੇਕ ਸੀਡਸ ਕਰਕੇ ਫੇਕ ਪੈਸਟੀਸਾਈਡ ਕਰਕੇ ਫੇਕ ਫਰਟੀਲਾਈਜ਼ਰ ਕਰਕੇ ਜਿਹੜਾ ਸਾਡਾ ਨਰਮੇ ਦੀ ਫਸਲ ਤਬਾਹ ਹੋਈ ਆ ਸੈਂਕੜੇ ਕਰੋੜਾਂ ਦਾ ਘਾਟਾ ਪਿਆ ਉਹਦਾ ਮੁਆਵਜ਼ਾ ਤੇ ਇੱਕ ਜਿਹੜਾ ਵਾਟਰ ਲੋਗਿੰਗ ਮੈਨੂੰ ਯਾਦ ਆ ਮੈਂ ਮੇਰੇ ਨਾਲ ਸਾਰੇ ਐਮਐਲਏ ਸਾਹਿਬ ਖੜੇ ਨੇ ਅਸੀਂ ਮੁਕਤਸਰ ਜ਼ਿਲ੍ਹੇ ਦੇ ਭਾਗਸਰ ਪਿੰਡ ਮਲੋਟ ਦੇ ਪਿੰਡਾਂ ਦੇ ਵਿੱਚ ਲੱਖੇਆਣਾ
ਲੰਬੀ ਦਾ ਪਿੰਡ ਸੀਗਾ ਮਿੱਡਾ, ਉਹ ਸਾਰੇ ਪਿੰਡ ਜਿਹੜੇ ਸੀਗੇ ਉਹ ਦੇ ਵਰ ਕੰਪਲੀਟਲੀ ਫਲੱਡਡ, 100% ਲਾਸ, 100% ਆਮ ਸੇਇੰਗ। ਤੋਂ ਭਗਵੰਤ ਮਾਨ ਨੇ 2020 ਦਾ ਜਿਹੜਾ ਮੁਆਵਜ਼ਾ ਦਿੱਤਾ ਵਾ 32 ਕਰੋੜ ਰੁਪਇਆ ਫਾਜ਼ਿਲਕਾ, ਉਹਦਾ ਵੀ ਧੰਨਵਾਦ ਕਰਦੇ ਹਾਂ ਅਸੀਂ। ਤੇ ਜਿਹੜਾ ਮੁਕਤਸਰ ਤੇ ਮਲੋਟ ਅਤੇ ਬਠਿੰਡਾ ਅਤੇ ਮਾਲਵੇ ਦੇ ਧਰਤੀ ਤੇ ਜਿਹੜੇ ਬੇਮੌਸਮੀ ਬਰਸਾਤ ਕਰਕੇ ਤੇ ਸੇਮ ਦੇ ਕਰਕੇ, ਕਿਉਂਕਿ ਬਾਦਲ ਸਾਹਿਬ ਨੇ ਜਿਹੜੇ ਸੇਮ ਨਾਲੇ ਬਣਾਏ ਸੀਗੇ ਉਹ ਪੋਲੀਟੀਕਲ ਅਲਾਈਨਮੈਂਟਸ ਦੇ ਹਿਸਾਬ ਨਾਲ ਉਹਨਾਂ ਨੂੰ ਡਿਸਟਰੋਏ ਕਰਤਾ, ਨਾਲੇ ਪੈਸਾ ਬਰਬਾਦ ਕੀਤਾ, ਨਾਲੇ ਸੇਮ ਨਾਲੇ ਗਲਤ ਬਣਾਏ, ਜਿਹਦੇ ਕਰਕੇ ਸੇਮ ਹੋਰ ਵੀ ਜ਼ਿਆਦਾ ਉੱਥੇ ਮੁਕਤਸਰ ਦੇ ਇਲਾਕਿਆਂ ਵਿੱਚ ਆ। ਇਹਦਾ ਮੁਆਵਜ਼ਾ ਵੀ ਲੈ ਕੇ ਦੇਣਾ ਸਾਡਾ ਇੱਕ ਫਰਜ਼ ਬਣਦਾ ਵਾ। ਇਹ ਤਿੰਨ ਇਸ਼ੂਜ਼ ਨੂੰ ਲੈ ਕੇ ਪੋਸਟ ਪੈਡੀ ਕਲਟੀਵੇਸ਼ਨ ਹਾਰਵੈਸਟਿੰਗ ਅਸੀਂ ਚੰਡੀਗੜ੍ਹ ਦੇ ਇਸ ਤੇ ਆਣ ਕੇ ਧਰਨਾ ਦੇਵਾਂਗੇ, ਤੇ ਨਾਲ ਆਫਕੋਰਸ ਖੇਤ ਮਜ਼ਦੂਰ ਜਿਹੜਾ ਕਿ ਸਾਡਾ ਅਟੁੱਟ ਅੰਗ ਹੈ, ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਅਸੀਂ ਇਸ ਮੋਰਚੇ ਦੇ ਵਿੱਚ ਹਿੱਸਾ ਬਣਾਵਾਂਗੇ। ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਜਿਹੜਾ ਹੈ ਇਹ ਅੱਜ ਦੀ ਮੀਟਿੰਗ ਅਦਾ ਕੀਤੀ ਆ। ਇਸ ਤੋਂ ਇਲਾਵਾ ਹੋਰ ਬਹੁਤ ਚਰਚਾਵਾਂ ਹੋਈਆਂ ਕਰੰਟ ਇਸ਼ੂਜ਼ ਦੇ ਉੱਤੇ, ਜੋ ਤੁਸੀਂ ਦੇਖ ਰਹੇ ਹੋ ਇਸ ਵਕਤ ਜੋ ਪੰਜਾਬ ਦਾ ਵਾਤਾਵਰਨ ਹੈਗਾ ਵਾ, ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਐਕਸਾਈਜ਼ ਪਾਲਿਸੀ ਦੇ ਉੱਤੇ ਠੱਗੀ ਵੱਜ ਰਹੀ ਆ। ਇਹਨਾਂ ਦੇ ਦਿੱਲੀਓਂ ਜਿਹੜੇ ਦਲਾਲ ਉੱਥੇ ਰਾਘਵ ਚੱਡੇ ਨੂੰ ਮਿਲਦੇ ਨੇ, ਉੱਥੇ ਬੈਠ ਕੇ ਸਾਰਾ ਕੁਝ ਕਰਦੇ ਨੇ, ਤੇ ਜਿਹੜਾ ਸ਼ਿਕਾਰ ਹੈ ਉਹ ਸਾਡੇ ਪੰਜਾਬ ਦੇ ਅਫਸਰ ਬਣਾਏ। ਕਿਸੇ ਭਗਵੰਤ ਮਾਨ ਨੇ, ਕਿਸੇ ਹਰਪਾਲ ਚੀਮੇ ਨੇ ਇਹ ਆਣ ਕੇ ਓਨਅਪ ਨਹੀਂ ਕੀਤਾ ਕਿ ਐਕਸਾਈਜ਼ ਪਾਲਿਸੀ ਸਾਡੀ ਆ, ਇਹ ਅਫਸਰਾਂ ਦੇ ਉੱਤੇ ਸ਼ਿਕੰਜਾ ਨਾ ਕੱਸਿਆ ਜਾਵੇ। ਜੇ ਕੋਈ ਜਾਂਚ ਕਰਨੀ ਆ ਤੇ ਐਕਸਾਈਜ਼ ਮਿਨਿਸਟਰ ਦੀ ਤੇ ਪੰਜਾਬ ਸਰਕਾਰ ਦੇ ਜਿਹੜੇ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਉਹਨਾਂ ਦੀ ਕੀਤੀ ਜਾਵੇ, ਉਹਦੇ ਬਾਰੇ ਵੀ ਕੋਈ ਚਰਚਾ ਨਹੀਂ। ਮਾਈਨਿੰਗ ਤੁਸੀਂ ਦੇਖ ਰਹੇ ਹੋ ਕਿ ਹਾਈ ਕੋਰਟ ਆਰਮੀ ਇਜ਼ ਗੋਇੰਗ ਔਨ ਟੂ ਸੇ ਦੈਟ ਦੇਰ ਇਜ਼ ਬਲੇਟੈਂਟ ਇਲੀਗਲ ਮਾਈਨਿੰਗ ਇਨ ਦ ਬਾਰਡਰ ਏਰੀਆਜ਼ ਵਿਚ ਇਜ਼ ਬਿਕਮਿੰਗ ਅ ਸਿਕਿਉਰਿਟੀ ਥ੍ਰੈਟ। ਬੰਕਰਸ ਜਿਹੜੇ ਬਣਾਏ ਸੀਗੇ ਬਾਰਡਰ ਦੇ ਨੇੜੇ, ਉਹ ਬੰਕਰਸ ਕੋਲੈਪਸ ਕਰ ਰਹੇ ਨੇ। ਆਰਮੀ ਕੈਨ ਨਾਟ ਡਿਫੈਂਡ ਐਨੀ ਔਨ ਸਲੋਟ ਫਰੋਮ ਪਾਕਿਸਤਾਨ ਅਗਰ ਗੈਰ ਕਾਨੂੰਨੀ ਮਾਈਨਿੰਗ ਜ਼ਿਲ੍ਹਿਆਂ ਵਿੱਚ ਨਾ ਰੁਕ ਜਾ। ਸੋ ਇਹ ਮਸਲੇ ਸੀ। ਪ੍ਰੋਟੈਸਟ ਤੁਹਾਨੂੰ ਦੱਸਿਆ ਕਿ ਅਸੀਂ ਪਹਿਲਾਂ ਭਗਵੰਤ ਸਿੰਘ ਮਾਨ ਨੂੰ ਮਿਲਾਂਗੇ, ਟਾਈਮ ਮੰਗਾਂਗੇ। ਸਾਡਾ ਕਿਸਾਨ ਖੇਤ ਮਜ਼ਦੂਰ ਵਿੰਗ, ਅਸੀਂ ਸਾਰਾ ਡੈਪੂਟੇਸ਼ਨ ਲੈ ਕੇ ਉਹਨਾਂ ਨੂੰ ਰਿਕਾਰਡ ਲੈ ਕੇ ਦੱਸਾਂਗੇ ਕਿ ਤੁਸੀਂ ਆਹ ਵਾਅਦਾ ਕੀਤਾ, ਸਾਰਾ ਰਿਕਾਰਡ ਹੈ। ਅਗਰ ਉਹ ਨਹੀਂ ਮੰਨਣਗੇ ਤਾਂ ਫਿਰ ਅਸੀਂ ਤੁਹਾਨੂੰ ਦੱਸਿਆ ਵਾ ਕਿ ਝੋਨੇ ਦੀ ਵਾਢੀ ਤੋਂ ਬਾਅਦ ਅਸੀਂ ਇੱਥੇ ਪਰਮਾਨੈਂਟਲੀ ਆਣ ਕੇ ਸਟੇਸ਼ਨ ਕਰਾਂਗੇ ਆਪਣਾ। ਇਹ ਨਹੀਂ ਕਿ ਅੱਜ ਆਏ ਤੇ ਕੱਲ੍ਹ ਚਲੇ ਗਏ ਜਾਂ ਅੱਜ ਆਏ ਤੇ ਵਾਪਸ ਮੁੜ ਗਏ। ਵਿਲ ਕਮ ਐਂਡ ਸਿਟ ਡਾਊਨ ਦੇ ਆਰਟੀਏ ਦੇ ਜ਼ਰੀਏ ਜਿਸ ਤਰੀਕੇ ਦੀ ਜਾਣਕਾਰੀ ਆ ਰਹੀ ਹੈ ਕਿ ਮੁੱਖ ਮੰਤਰੀ ਪੰਜਾਬ ਨੇ ਲੱਖਾਂ ਰੁਪਏ ਔਰ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਨੇ ਕੇਵਲ ਹਜ਼ਾਰਾਂ ਰੁਪਏ ਜਿਹੜੇ ਮੈਂ ਹੀ ਅੱਜ ਖੁਲਾਸਾ ਕੀਤਾ ਸੀਗਾ। ਸਾਡੇ ਹਰਮਿਲਾਪ ਸਿੰਘ ਗਰੇਵਾਲ ਆਰਟੀਆਈ ਐਕਟਿਵਿਸਟ ਨੇ, ਇੱਕ ਉਹਨਾਂ ਨੇ ਦੋ ਆਰਟੀਆਈ ਪਬਲਿਕ ਡੋਮੇਨ 'ਚ ਲਿਆਂਦੀਆਂ। ਇੱਕ ਵਿੱਚ ਸੀਗਾ ਕਿ ਜਦੋਂ ਗੁਜਰਾਤ ਜਾਣਾ ਸੀਗਾ ਭਗਵੰਤ ਸਿੰਘ ਮਾਨ ਨੇ, ਇਹਨੇ ਸਪੈਸ਼ਲ ਪਲੇਨ ਚਾਰਟਰ ਕੀਤਾ, ਉਹਦਾ 45 ਲੱਖ ਰੁਪਇਆ ਖਰਚਾ ਦੇਣਾ ਪਿਆ ਪੰਜਾਬ 'ਚ ਸਾਡੇ ਖਜ਼ਾਨੇ 'ਚੋਂ, ਤੁਹਾਡੇ ਖਜ਼ਾਨੇ 'ਚੋਂ। ਦੂਜੇ ਪਾਸੇ ਉਹ ਸਿਰਫ ਅਸੀਂ ਲਾਇਆ ਉਦਾਹਰਨ ਦੇ ਤੌਰ 'ਤੇ ਕਿ ਕੇਜਰੀਵਾਲ ਨੇ ਵਿਜ਼ਿਟ ਕੀਤਾ ਸੂਰਤ ਵਗੈਰਾ ਗੁਜਰਾਤ ਵਿੱਚ, ਉਹ ਨੋਰਮਲ ਪਲੇਨ ਵਿੱਚ ਗਏ ਹੋਣਗੇ, ਉਹਦੀਆਂ ਆਉਣ ਜਾਣ ਦੀਆਂ ਟਿਕਟਾਂ ਕੋਈ 16,000 ਤੋਂ ਲੈ ਕੇ 30,000 ਰੁਪਏ ਤੱਕ ਖਰਚਾ। ਤੋਂ ਸਾਡਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀਗਾ ਮੈਂ ਆਮ ਆਦਮੀ ਹਾਂ, ਮੈਂ ਗੱਡੀ ਨਹੀਂ ਲਊਂਗਾ, ਮੈਂ ਘਰ ਨਹੀਂ ਲਊਂਗਾ, ਮੈਂ ਚੁੱਲ੍ਹਿਆਂ ਦੀ ਅੱਗ ਬਾਲੂੰਗਾ, ਮੈਂ ਗਰੀਬਾਂ ਦੇ ਕਰਾਂਗੇ, ਉਹ ਤੁਸੀਂ ਅੰਦਾਜ਼ਾ ਲਾ ਲਓ ਕਿ 45 ਲੱਖ ਇੱਕ ਦਿਨ ਦਾ ਖਰਚਾ ਸਿਰਫ ਉਹ ਵੀ ਹੀ ਕਹਿੰਦਾ ਹੀ ਕੁੱਡ ਹੈਵ ਈਜ਼ਲੀ ਟਰੈਵਲਡ ਬਾਏ ਐਨ ਆਰਡੀਨਰੀ ਐਨੀ ਏਅਰਲਾਈਨ, ਕੋਈ ਜਾਂਦੀਆਂ ਨੇ ਗੁਜਰਾਤ ਵਿੱਚ ਚੰਡੀਗੜ੍ਹ ਤੋਂ ਕਨੈਕਟਡ ਫਲਾਈਟਸ ਉੱਥੇ ਜਾਂਦੇ। ਸੋ ਸਾਡਾ ਪੈਸਾ ਬਰਬਾਦ ਕੀਤਾ ਜਾ ਰਿਹਾ, ਅੱਜ ਨਹੀਂ ਹੋ ਰਿਹਾ ਇਹ ਪਬਲਿਸਿਟੀ ਦੇ, ਲੈਟ ਮੀ ਟੈਲ ਯੂ, ਇੱਥੇ ਸੈਂਕੜੇ ਕਰੋੜ ਬਰਬਾਦ ਕੀਤੇ ਜਾ ਰਹੇ ਨੇ ਫੋਰ ਪਬਲਿਸਿਟੀ, ਉਹ ਵਾਲੀ ਪਬਲਿਸਿਟੀ ਜਿਹੜੀ ਹੈ ਪੰਜਾਬ ਦੇ ਲੋਕਾਂ ਨਾਲ ਕਨੈਕਟਡ ਹੈ, ਲੇਕਿਨ ਇਸ਼ਤਿਹਾਰ ਛਪ ਰਹੇ ਨੇ ਪੂਰੇ ਪੂਰੇ ਸਫ਼ੇ ਦੇ ਗੁਜਰਾਤ ਵਿੱਚ ਤੇ ਮਹਾਰਾਸ਼ਟਰ ਦੇ ਵਿੱਚ, ਮੱਧਿਆ ਪ੍ਰਦੇਸ਼ ਤੇ ਰਾਜਸਥਾਨ ਨੂੰ। ਸਭ ਤੋਂ ਜ਼ਿਆਦਾ ਡੇਂਜਰਸ ਗੱਲ ਇਹ ਆ ਦੈਟ ਦੇ ਆਰ ਟਰਾਇੰਗ ਟੂ ਕੰਟਰੋਲ ਦ ਮੀਡੀਆ, ਔਰ ਮੀਡੀਆ ਦੇ ਕੁਛ ਅਖਬਾਰਾਂ ਦੇ ਵਿੱਚ ਮੈਂ ਦੇਖ ਰਿਹਾ ਵਾਂ ਕਿ ਪੂਰੇ ਸਫ਼ੇ ਦੇ ਜਿਹੜਾ ਖਰੀਦ ਕੇ, ਦੋ ਦੋ ਸਫ਼ੇ ਖਰੀਦ ਕੇ ਇੱਕ ਦਿਨ ਵਿੱਚ ਆਮ ਆਦਮੀ ਪਾਰਟੀ ਉੱਥੇ ਐਂ ਪੇਸ਼ ਕਰ ਰਹੀ ਜਿੱਦਾਂ ਖਬਰਾਂ ਆ ਰਹੀਆਂ ਨੇ। ਥੱਲੇ ਛੋਟਾ ਜਿਹਾ ਲਿਖਿਆ ਹੁੰਦਾ ਹੈ ਕਿ ਇਹ ਇਸ਼ਤਿਹਾਰ ਹੈ, ਲੋਕਾਂ ਨੂੰ ਰੀਡਰਸ ਨਾਲ ਧੋਖਾ। FIR ਜਿਹੜੀ ਸਾਡੇ 'ਤੇ ਕੀਤੀ ਸੀ ਨਾ ਮੇਰੇ ਦੇ ਰਾਜੇ ਵੜਿੰਗ 'ਤੇ, ਉਹ ਇਹਨਾਂ 'ਤੇ ਹੁਣ ਬਣਦੀ ਆ। ਜੇ ਤੁਸੀਂ ਜਿਹੜੇ ਪਾਠਕ ਨੇ ਤੁਹਾਡੇ ਅਖਬਾਰਾਂ ਦੇ, ਉਹਨਾਂ ਨੂੰ ਤੁਸੀਂ ਖਬਰ ਬਣਾ ਕੇ ਦਿਖਾ ਰਹੇ ਹੋ, ਹੈਗਾ ਅਸਲ ਵਿੱਚ ਇਸ਼ਤਿਹਾਰ ਆ। ਇਹਨੂੰ ਕਹਿੰਦੇ ਨੇ ਫੇਕ, ਮਿਸਲੀਡਿੰਗ ਦ ਪੀਪਲ ਆਫ ਦ ਸਟੇਟ। ਅਸੀਂ ਮਿਸਲੀਡ ਨਹੀਂ ਕੀਤਾ ਸੀਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਅਸੀਂ ਪਬਲਿਕ ਡੋਮੇਨ 'ਚ ਲੈ ਕੇ ਆਏ। ਦੇਖੋ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦਾ ਨਾ ਜੀ ਇਲੈਕਸ਼ਨ ਤੋਂ ਪਹਿਲਾਂ ਦੇ ਵਾਅਦੇ ਦੇਖੋ ਤੁਸੀਂ, ਉਹਨਾਂ ਨੇ ਜਦ ਇਹੀ ਕਹਿ ਦਿੱਤਾ ਕਿ ਅਸੀਂ ਸਾਰੀਆਂ ਫਸਲਾਂ ਤੇ MSP ਦੇਵਾਂਗੇ, ਤੇ ਫਿਰ ਪਰਾਲੀ ਦਾ 1 ਏਕੜ ਦਾ ਤਕਰੀਬਨ 2,500 ਤੋਂ 3,000 ਰੁਪਇਆ ਪਰਾਲੀ ਨੂੰ ਕੰਜ਼ੂਮ ਕਰਨ ਦਾ ਖਰਚਾ ਆਉਂਦਾ ਵਾ। ਹੁਣ ਆਪਾਂ ਕੇਂਦਰ ਸਰਕਾਰ ਤੋਂ ਮੰਗਣ ਤੁਰ ਪਏ ਨੇ, ਇਹ ਤੁਹਾਡੀ ਜ਼ਿੰਮੇਵਾਰੀ ਆ, ਸਰਕਾਰ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਇੱਥੇ ਗੱਦੀ ਤੇ ਬਿਠਾਇਆ ਵਾ,
ਭਗਵੰਤ ਸਿੰਘ ਮਾਨ ਨੂੰ ਸਾਡੀ ਅਪੀਲ ਹੈ ਕਿ ਪਹਿਲੀ ਗੱਲ ਤਾਂ ਹੈਗੀ ਆ ਕਿ ਪਰਾਲੀ ਅੱਗ ਲਾਉਣੀ ਤਾਂ ਬੰਦ ਹੋਵੇਗੀ ਜੇ 2500 ਰੁਪਇਆ 3000 ਰੁਪਇਆ ਫੀ ਏਕੜ ਦਾ ਦਿਓਗੇ ਜੋ ਤੁਸੀਂ ਪਹਿਲਾਂ ਪ੍ਰੋਮਿਸ ਕਰਦੇ ਰਹੇ ਹੋ ਨੰਬਰ 1 ਨੰਬਰ 2 ਅਗਰ ਤੁਸੀਂ ਪੈਸੇ ਨਾ ਦਿੱਤੇ ਅਮਦਾਦ ਨਾ ਕੀਤੀ ਤੇ ਫਿਰ ਜੀ ਕਿਸਾਨਾਂ ਨੇ ਅਗਰ ਪਰਾਲੀ ਨੂੰ ਅੱਗ ਲਾਈ ਕਿਉਂਕਿ ਪਹਿਲਾਂ ਹੀ ਕਰਜ਼ਈ ਨੇ ਅੱਜ ਵੀ ਕਿਸਾਨ ਨੇ ਆਤਮ ਹੱਤਿਆ ਕੀਤੀ ਹੈ ਅੱਜ ਵੀ ਅੱਜ ਔਰ 60 ਕਿਸਾਨਾਂ ਨੇ ਆਤਮ ਹੱਤਿਆ ਕੀਤੀ ਪੰਜਾਬ ਦੇ ਵਿੱਚ ਅਗਰ ਤੁਸੀਂ ਉਹਨਾਂ ਦੇ ਕੋਈ ਮੁਕੱਦਮੇ ਦਰਜ ਕੀਤੇ ਤੇ ਉਹਨਾਂ ਮੁਕੱਦਮਿਆਂ ਦੇ ਦਰਜ ਕਰਨ ਤੇ ਅਸੀਂ ਉਹਨਾਂ ਕਿਸਾਨਾਂ ਦੇ ਮੋਹਰੇ ਆਣ ਕੇ ਖੜਾਂਗੇ ਕਿਉਂਕਿ ਫੇਲੀਅਰ ਤੁਹਾਡੀ ਹੈ ਹੁਣ ਤੁਸੀਂ ਕਹਿਣ ਲੱਗ ਗਏ ਜੀ ਕੇਂਦਰ ਦੇ ਦੇਵੇ ਕੇਂਦਰ ਦੇ ਦੇਵੇ ਪਹਿਲਾਂ ਆਪਣਾ ਮੈਨੀਫੈਸਟੋ ਕੱਢ ਕੇ ਪੜੋ ਸਾਰਾ ਉਹਦੇ ਵਿੱਚ ਉਹਦੇ ਸਾਰੀਆਂ ਐਮਐਸਪੀ ਸਾਰੀਆਂ ਐਮਐਸਪੀ ਸਾਰੀਆਂ ਐਮਐਸਪੀ ਸਾਰੀਆਂ ਐਮਐਸਪੀ ਫਸਲਾਂ ਦੇ 5 ਮਿੰਟ ਸੋ ਦੇਰਫੋਰ ਦੇ ਕੈਨੋਟ ਰਨ ਅਵੇ ਫਰਮ ਦੇ ਰਿਸਪੋਨਸਿਬਿਲਿਟੀ।